ਅਸੀਂ ਸਮਝ ਨਹੀਂ ਸਕੇ ਇਹਦੇ ਨਾਲ ਰਲਿਆ ਮਿਲਿਆ ਮੇਰਾ ਸਵਾਲ ਹੈ ਸਰਦਾਰ ਪਰਮਜੀਤ ਸਿੰਘ ਖਾਲਸਾ ਉਹਨਾਂ ਨੂੰ ਜਿਹੜੇ ਗੁਰਮਤਿ ਅਕੈਡਮੀ ਪਟਿਆਲਾ ਦੇ ਪ੍ਰਿੰਸੀਪਲ ਵੀ ਨੇ ਗੁਰਮਤਿ ਚੇਤਨਾ ਮੈਗਜ਼ੀਨ ਦੇ ਸੰਪਾਦਕ ਵੀ ਨੇ ਕਿ ਕੀ ਇਹੀ ਸਮੱਸਿਆਵਾਂ ਨੇ ਚਾਹੇ ਸਿੱਖਾਂ ਦਾ ਮਾਨਸਿਕ ਕਤਲੇਆਮ ਹੈ ਚਾਹੇ ਸਿੱਖਾਂ ਦਾ ਸਰੀਰਕ ਕਤਲੇਆਮ ਹੈ ਕੀ ਆ ਜਾ ਕੇ ਅਸੀਂ ਜਿਹੜੀ ਸਾਡੀ ਇੱਕ ਘੱਟ ਗਿਣਤੀ ਹੁੰਦੀ ਆ ਬਹੁ ਗਿਣਤੀ ਦੀ ਸਾਡੇ ਖਿਲਾਫ ਜਿਨੋਸਾਈਡਲ ਇੰਪਲਸ ਹੈ ਮਾਨਸਿਕਤਾ ਦੇ ਵਿੱਚ ਸਿੱਖ ਨੂੰ ਖਤਮ ਕਰਨ ਦੀ ਸਮੱਸਿਆ ਹੈ ਜਾਂ ਮਾਨਸਿਕਤਾ ਦੇ ਵਿੱਚ ਸਿੱਖ ਨੂੰ ਖਤਮ ਕਰਨ ਦਾ ਜਿਹੜਾ ਇੱਕ ਉਹਨਾਂ ਨੇ ਨਿਸ਼ਾਨਾ ਮਿੱਥਿਆ ਉਸ ਨੂੰ ਅਸੀਂ ਗੁਰਮਤਿ ਨਜ਼ਰੀਏ ਦੇ ਵਿੱਚ ਕਿਵੇਂ ਸਮਝ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਤਸੰਗ ਜੀਓ ਵਿਚਾਰ ਚਰਚਾ ਦੇ ਵਿੱਚ ਜਿੱਥੇ ਪਹਿਲਾਂ ਦਸਤਾਰ ਦੇ ਹੋਰ ਮਸਲੇ ਸਾਰੇ ਡਿਸਕਸ ਕੀਤੇ ਗਏ ਹਨ ਜਿਹੜਾ ਹੁਣ ਚਲਤ ਵਿਸ਼ਾ ਮੈਂ ਗੱਲ ਸ਼ੁਰੂ ਕਰਦਾ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਖਰ ਕਿਹਾ ਕਰਦੇ ਸਨ ਵੀ ਸਿੱਖੋ ਤੁਸੀਂ ਗੁਲਾਮ ਹੋ ਜਿੰਨੀ ਦੇਰ ਤੁਹਾਨੂੰ ਇਹ ਨਹੀਂ ਅਹਿਸਾਸ ਹੁੰਦਾ ਕਿ ਤੁਸੀਂ ਗੁਲਾਮ ਹੋ ਉਨੀ ਦੇਰ ਆਜ਼ਾਦੀ ਦੀ ਗੱਲ ਹੋ ਹੀ ਨਹੀਂ ਸਕਦੀ ਹਰ ਸਿੱਖ ਬੱਚੇ ਨੂੰ ਬੀਬੀ ਨੂੰ ਨੌਜਵਾਨ ਨੂੰ ਬਜ਼ੁਰਗ ਨੂੰ ਪਹਿਲਾਂ ਅੰਤਰ ਆਤਮੇ ਇਹ ਦ੍ਰਿੜ ਜ਼ਰੂਰ ਹੋਣਾ ਚਾਹੀਦਾ ਹੈ ਸੰਤਾਂ ਦਾ ਸੰਦੇਸ਼ ਸੀ ਕਿ ਭਾਈ ਤੁਸੀਂ ਗੁਲਾਮ ਹੋ ਔਰ ਕਮਾਲ ਦੀ ਗੱਲ ਦੇਖੋ ਕਿ ਸਿਰਫ 100 ਸਾਲ ਲਗਭਗ 100 ਸਾਲ ਪਹਿਲਾਂ ਆਪਾਂ ਬਾਦਸ਼ਾਹ ਸੀ ਇੱਥੋਂ ਦੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤਰੋਂ ਹਾਰੀਆਂ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਸੀਂ ਮਾਲਕ ਸੀ ਇਸ ਪੰਜਾਬ ਦੇ ਇਸ ਧਰਤੀ ਦੇ ਵਕਤ ਦੇ ਬ੍ਰਾਹਮਣਿਜ਼ਮ ਨੇ ਸਾਨੂੰ ਆਪਣੇ ਘਰੇਲੂ ਝਮੇਲਿਆਂ ਦੇ ਵਿੱਚ ਛੋਟੇ ਛੋਟੇ ਮੁੱਦਿਆਂ ਦੇ ਵਿੱਚ ਸਾਡੀ ਤਾਕਤ ਨੂੰ ਖਚਤ ਕਰ ਦਿੱਤਾ ਉਹ ਯਾਦ ਤਾਂ ਸਾਨੂੰ ਇਸ ਯੁੱਗ ਦੇ ਵਿੱਚ ਕਿੰਨਾ ਦੁਖਦਾਈ ਯੁੱਗ ਹੈ ਜਿੱਥੇ 1984 ਦਾ ਕਾਂਡ ਦੀ ਅਸੀਂ ਗੱਲ ਕਰਦੇ ਹਾਂ ਬੜੀ ਵਿਸਥਾਰ ਨਾਲ ਗੱਲ ਹੋ ਚੁੱਕੀ ਹੈ ਕਿ ਜਿਸ ਸਥਾਨ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਵਗ ਲੱਥਦੀ ਹੋਵੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਦੀ ਵਗ ਲੱਥਦੀ ਹੋਵੇ ਹੁਣ ਆਮ ਸਿੱਖ ਦੀ ਪੱਗ ਦਾ ਮਸਲਾ ਕਿਵੇਂ ਹੱਲ ਹੋਏਗਾ ਇਹਦਾ ਮਤਲਬ ਹੈ ਜਿੰਨੇ ਮੁੱਦੇ ਖੜੇ ਕੀਤੇ ਜਾ ਰਹੇ ਨੇ ਜਿੰਨੀਆਂ ਗੱਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਬ੍ਰਾਹਮਣਿਜ਼ਮ ਨੇ ਸ਼ਰਾਰਤ ਕਰਕੇ ਸਿੱਖਾਂ ਨੂੰ ਆਪਸ ਵਿੱਚ ਉਲਝਾਇਆ ਹੋਇਆ ਵੀ ਤੁਸੀਂ ਇਸ ਖੇਡ ਵਿੱਚ ਉਲਝੇ ਰਹੋ ਤੇ ਜਿਹੜੀ ਤੁਹਾਡੇ ਅੰਦਰ ਆਹ ਵਾਲੀ ਗੱਲ ਹੈ ਨਾ ਵੀ ਤੁਸੀਂ ਗੁਲਾਮ ਹੋ ਬਈ ਇਹ ਗੱਲ ਨਾ ਤੁਹਾਨੂੰ ਚੇਤਾ ਆਵੇ ਹੁਣ ਭਾਵੇਂ ਪੰਜਾਬ ਦੇ ਵਿੱਚ ਸਰਕਾਰ ਇੱਕ ਪੱਗ ਵਾਲੇ ਹਿੰਦੂ ਦੀ ਹੈ ਪਰ ਸਮੱਸਿਆ ਤਾਂ ਉਹੀ ਹੈ ਕਿ ਸੋਨੇ ਦੀ ਕੁਰਸੀ ਤੇ ਬਹਿ ਕੇ ਵੀ ਅਸੀਂ ਗੁਲਾਮ ਹਾਂ ਜਿੰਨੀ ਦੇਰ ਸਾਡੇ ਅੰਦਰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਗੁਲਾਮ ਹਾਂ ਉਨੀ ਦੇਰ ਅਸੀਂ ਆਜ਼ਾਦ ਨਹੀਂ ਹੋ ਸਕਦੇ 1984 ਦਾ ਕਤਲੇਆਮ ਦਿੱਲੀ ਦੇ ਦੰਗੇ ਤੇ ਬਾਕੀ ਦੇਸ਼ਾਂ ਦੇ ਬਾਕੀ ਥਾਵਾਂ ਤੇ ਦੰਗੇ ਇਹ ਸਾਰਾ ਕੁਝ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਹਿੰਦ ਹਕੂਮਤ ਬ੍ਰਾਹਮਣਿਜ਼ਮ ਦਾ ਹਮਲਾ ਸੀ ਉਹ ਕਿਸੇ ਇੱਕ ਨੂੰ ਨਹੀਂ ਕਹਿ ਸਕਦੇ ਵੀ ਇਹ ਹਾਲ ਇਸ ਪਾਰਟੀ ਦਾ ਸੀਗਾ ਨਾ ਬ੍ਰਾਹਮਣਿਜ਼ਮ ਦਾ ਹਮਲਾ ਸੀ ਔਰ ਤੁਹਾਨੂੰ ਇਹਦੇ ਵਿੱਚ ਉਲਝਾ ਹੀ ਰੱਖਣਾ ਮੈਨੂੰ ਯਾਦ ਹੈ ਕਿ 1982 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਧਰਮਯੁੱਧ ਮੋਰਚਾ ਲਗਾ ਹੋਇਆ ਸੀ ਔਰ ਮੈਂ ਲੁਧਿਆਣੇ ਗੌਰਮੈਂਟ ਕਾਲਜ ਪ੍ਰੈਪ ਦੇ ਵਿੱਚ ਪੜ੍ਹਦਾ ਸੀ ਅੰਦਾੜੀਆ ਸੀ ਉਸ ਵੇਲੇ ਸਾਨੂੰ ਜੋਸ਼ ਆਇਆ ਅਸੀਂ ਧਰਮਯੁੱਧ ਮੋਰਚੇ ਦੇ ਵਿੱਚ ਸਕੂਲ ਕਾਲਜ ਗੌਰਮੈਂਟ ਕਾਲਜ ਦੇ ਵਿਦਿਆਰਥੀਆਂ ਨੂੰ ਲੈ ਕੇ ਮੋਰਚੇ ਵਿੱਚ ਦੱਸ ਚਲੇ ਗਏ 2 ਸਾਲ ਉੱਥੇ ਹੀ ਕਦੇ ਬਾਹਰ ਕਦੇ ਅੰਦਰ ਇਹ ਸਾਰਾ ਕੁਝ ਵੇਖਿਆ ਵੀ ਅੱਖਾਂ ਨਾਲ 84 ਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ 37 ਗੁਰਦੁਆਰਿਆਂ ਤੇ ਹਮਲਾ ਇਹ ਵੀ ਬ੍ਰਹਮਿਜ਼ਮ ਨੇ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਉਹਨੂੰ ਇਹ ਇਨਾਮ ਦਿੱਤਾ ਹੈ ਉਹ ਦ੍ਰਿੜ ਅੱਜ ਸਾਡੇ ਵਿੱਚੋਂ ਮੈਂ ਜਦੋਂ ਆਪਣੇ ਸੰਗਤ 'ਚ ਵਿਸਰਦਾ ਕਿਉਂਕਿ ਮੇਰੀ ਇੱਕ ਫੀਲਡ ਹੈ ਧਰਮ ਪ੍ਰਚਾਰ 30-35 ਸਾਲ ਤੋਂ ਕਿ ਅੱਜ ਸਿੱਖ ਨੌਜਵਾਨ ਅੱਜ ਦਾ ਬੱਚਾ ਉੱਠ ਕੇ ਕਹਿ ਦਿੰਦਾ ਹੈ ਕਿ ਹੁਣ ਕੀ ਲੋੜ ਹੈ ਰਾਜਭਾਗ ਦੀ ਬਈ ਲੋੜ ਕਿਉਂ ਨਹੀਂ ਰਾਜ ਬਿਨਾਂ ਨਾ ਧਰਮ ਚੱਲੇ ਹੈ ਇਹ ਤਾਂ ਮੁੱਖ ਗੱਲ ਹੈ ਤੁਸੀਂ ਪੰਜਾਬ ਦੇ ਵਾਰਸ ਹੋ ਤੁਸੀਂ ਹਿੰਦੁਸਤਾਨ ਦੇ ਮਾਲਕ ਹੋ ਜਿੰਨੀ ਦੇਰ ਤੁਹਾਡੇ ਅੰਦਰ ਇਹ ਗੱਲ ਦ੍ਰਿੜ ਨਹੀਂ ਹੁੰਦੀ ਉਨੀ ਦੇਰ ਮਸਲਾ ਹੱਲ ਨਹੀਂ ਹੋਣਾ ਪਰ ਇਹ ਦ੍ਰਿੜ ਗੱਲ ਕਦੋਂ ਹੋਏਗੀ ਜਦੋਂ ਅਸੀਂ ਗੁਰਮਤਿ ਨਾਲ ਜੁੜਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਾਂਗੇ ਇਹ ਦਸਤਾਰ ਦੀ ਗੱਲ ਪਹਿਲਾਂ ਆਈ ਹੈ ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿਉਂਕਿ ਉਹ ਗੱਲ ਹੋਈ ਨਹੀਂ ਇੱਥੇ ਕਿ 13 ਤਰੀਕ ਨੂੰ ਵਿਸ਼ਵ ਦਸਤਾਰ ਦਿਵਸ ਹਰ ਸਾਲ ਮਨਾਇਆ ਜਾਂਦਾ ਸਭ ਤੋਂ ਪਹਿਲਾਂ ਦਸਤਾਰ ਦੇ ਉੱਪਰ ਹਮਲਾ ਚੇਤਨ ਲੋਕ ਜਾਣਦੇ ਨੇ ਸਾਡੀ ਮੌਜੂਦਾ SGPC ਨੇ ਕੀਤਾ
श्रोमणी कमेटी ने किया कदों जो सिख रहत मर्यादा होंद में आई सिख रहत मर्यादा के पांच ककारा के बीबिया लिए दस्तार पहननी जरूरी सी वह कर दी गई चुनी लाती उत्थे पांच ककारा के दस्तार मैनेज कर दी काम उतो शुरू हो गया साढ़े जे सिख बीबी ने दस्तार सजाई हुई है दस्तार उन्नी सिख नौजवान वास्ते सिख बजुर्ग वास्ते जरूरी है जिनी कि सिख बीबी लिए जरूरी है पर यह पॉइंट माइनस कर दिता गया केसां की संभाली दस्तार जरूरी है उत्थे रहनामे में यह नहीं लिखा कि बीबी लिए जरूरी है कि बंदे लिए जरूरी है दस्तार सिख लिए जरूरी है सिख भावे बीबी हो भावे मर्द हो साडे ते अमला पहला होया कि पांच ककारा के दस्तार माइनस यह धक्का साडे नाल होया साडे अपने ने किया साढ़े अपने धक्का क्यों करते हैं क्योंकि साढ़े अपने लोग जड़े ने वह दुनियावी लालच जरूरत के गुलाम ने वह अपन जरूरत और लोड़ों की पूर्ति नहीं जेडे कौम का मसला है जेडे कौमी मसले ने उन्होंने पिछे छड़ देंगे भुल जाते छड़ जाते हैं उन्होंने चलो साडा मसला तो रोटी तोरी फुलका चलना चाहिए इस करके जिनी देर सिख यह महसूस नहीं करता असी गुलाम हाँ और गुलामी तो निजात किए लैनी है एक गल कह के मैं क्षमा चाहवागा हूँ किसी वीर ने वोटों की गल की है क्योंकि श्रोमणी गुरुद्वारा प्रबंधक कमेटी दिया दो बार इलेक्शन लड़न का मैं सुभाग प्राप्त समा मिलया मैं वो उम्मीदवार हाँ लुधियाने वैस्ट तो जोड़ा दोनों बार श्रोमणी अकाली दल के दिग्गज ही लीडर से दोनों बारी एक बार अमरजीत सिंह मीत प्रधान श्रोमणी अकाली दल वो सामने फाइट लड़ी दूजी फाइट अवतार सिंह के मुकाबले लड़ी जोड़ा मौजूदा प्रधान है मैं एक गल दावे कहना कि वोटों श्रोमणी गुरुद्वारा प्रबंधक कमेटी के गुरसिख अगे जा ही नहीं सकते क्योंकि सारा सिस्टम सारा ढांचा यह हिंद हुकूमत है हिंद हुकूमत जिस बंदे चाहेगी जिस पार्टी चाहेगी वह हिंद हुकूमत गुरुद्वारे की चाबी गोलक की चाबी उन्होंने देगी जी वो गल सुन गए इस करके ये मसले लंबे डिस्कस करने वाले ने लोड़ है राज बिना ना धर्म चले हैं धर्म बिना सब दले मले हैं प्रमुखता से लिया चाहिए वाहेगुरु जी का खालसा वाहेगुरु जी की फतेह मेहरबानी सरदार परमजीत सिंह खालसा जी परमिंदर सिंह खालसा जी गल बिल्कुल ठीक है कि जो असी धार्मिक संस्थावां जिन्हां दे बारे मुहम्मद इकबाल ने शायर मशक ने बड़ी सोहनी गल की जिहड़ी हुकूमत हुंदी है ना